ਹਾਂਜੀ ਤੇ ਵੈਲਕਮ ਬੈਕ ਵੀਰੋ। ਅੱਜ ਵੇ 30 ਸਤੰਬਰ ਆਖਰੀ ਡੇਟ ਨਵੇਂ ਮਹੀਨੇ ਦੀ, ਅਤੇ ਜਿਸ ਜਿਸ ਵੀਰ ਭਰਾ ਦੇ ਵੀ ਇਸ ਮਹੀਨੇ ਦੇ ਵਿੱਚ ਨੋਲਾ ਉਸ ਤਾਂ ਨਿਕਲੇ ਨੇ, ਕੋਈ ਵੀ ਅਪਡੇਟ ਆਈਏ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੇ। ਅਤੇ ਤੁਹਾਡੇ ਵਿੱਚੋਂ ਕਿਸੇ ਵੀਰ ਨੇ ਵੀ ਮਿਲਾਨ, ਨਿਪੋਲੀ, ਜਨੇਵਾ ਅਤੇ ਫਲੋਰੈਂਸ ਇਹਨਾਂ 4 ਸ਼ਹਿਰਾਂ ਦੇ ਵਿੱਚੋਂ ਕਿਸੇ ਸ਼ਹਿਰ ਦੇ ਵਿੱਚ ਵੀ ਪੇਪਰ ਅਪਲਾਈ ਕੀਤੇ ਨੇ ਲਾਸਟ ਵੀਕ ਦੇ ਵਿੱਚ, ਕੋਈ ਵੀ ਅਪਡੇਟ ਜਾਣਨ ਵਾਸਤੇ ਤੁਸੀਂ ਆਪਣਾ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਕਿਸੇ ਵੀਰ ਨੇ ਵੀ ਪੇਪਰ ਚੈੱਕ ਕਰਵਾਉਣੇ ਨੇ ਨੋਲਾ ਉਸ ਦਾ ਇਸ਼ੂ ਕਰਵਾਉਣਾ ਵੇ, ਜਾਂ ਫਿਰ ਕੋਟੇ ਦੇ ਵਿੱਚ ਨਾ ਚੈੱਕ ਕਰਵਾਉਣਾ ਵੇ, ਉਹ ਵੀ ਥੱਲੇ ਇੰਸਟਾਗ੍ਰਾਮ ਦੀ ID ਹੈ ਉਹਨੂੰ ਚੈੱਕ ਕਰ ਸਕਦਾ ਵੇ। ਅਤੇ ਤੁਹਾਨੂੰ 110% 25 ਯੂਰੋ ਦੇ ਵਿੱਚ ਨੋਲਾ ਉਸ ਦੀ ਰਿਪੋਰਟਾਂ ਚੈੱਕ ਕਰਵਾ ਦਿਆਂਗੇ। ਲਓ ਜੀ ਵੀਰੋ, ਪਹਿਲੇ ਨੰਬਰ 'ਤੇ ਅਸੀਂ ਗੱਲ ਕਰਨੇ ਹਾਂ ਅਪੁਆਇੰਟਮੈਂਟਾਂ ਦੀ। ਇਸ ਟਾਈਮ ਅਪੁਆਇੰਟਮੈਂਟ ਲਵੋ ਬੜੀ ਜਲਦੀ ਦੇ ਨਾਲ। ਲਓ ਜੀ ਵੀਰੋ, ਕੁਛ ਐਸੇ ਵੀਰ ਵੀ ਆਏ ਨੇ ਜਿਨ੍ਹਾਂ ਦੇ ਨੋਲਾ ਉਸ ਤੋਂ ਆਇਆ 3-4 ਮਹੀਨੇ ਹੋ ਗਏ ਨੇ, ਬਟ ਅਪੁਆਇੰਟਮੈਂਟ ਨਹੀਂ ਲੱਭਣ ਡਈ ਹੈ। ਤਾਂ ਜਿਹੜੀ ਆਪਣਾ ਵੈਬਸਾਈਟ ਹੈ VFX ਗਲੋਬਲ ਜਿਹੜੀ ਹੈ, ਉਹ ਵੀ ਆਲਮੋਸਟ ਬੰਦ ਪਈ ਹੈ। ਆਪਣਾ ਹਰ ਇੱਕ ਬੰਦਾ ਪੂਰਾ ਦਾ ਪੂਰਾ ਉਹਨੂੰ ਜਿਹੜਾ ਵੀ ਉਹਨਾਂ ਦਾ ਮੈਥਡ ਹੁੰਦਾ ਉਹਨੂੰ ਪੂਰਾ ਕਰਕੇ ਲਾਸਟ 'ਤੇ ਪਹੁੰਚਦਾ ਵਾ, ਜਿੱਥੇ ਆਪਣਾ ਕੋਈ ਪਾਸਪੋਰਟ ਦੇ ਨੰਬਰ ਡਿਟੇਲ ਪਾਉਣੀ ਹੁੰਦੀ, ਉਹ ਤੋਂ ਫਿਰ ਜਿਹੜਾ ਨਾ ਉਹ ਐਰਰ ਆ ਜਾਂਦਾ ਵੇ। ਅਤੇ ਇਹ ਵੀਰ ਜੀ ਅੱਗੋਂ 2-3 ਮਹੀਨਿਆਂ ਤੱਕ ਨਾ ਹੋਰ ਹੀ ਚੱਲਣਾ ਵੇ, ਕਿਉਂਕਿ ਇਹਦੇ ਅਕੋਰਡਿੰਗ ਕੋਈ ਵੀ ਅਪਡੇਟ ਨਹੀਂ ਆਈ ਹੈ। ਅਤੇ ਬਿਹਤਰ ਇਹੀ ਹੈ ਕਿ ਡਾਇਰੈਕਟ ਅੰਬੈਸੀ ਤੋਂ ਜਾ ਕੇ ਅਪੁਆਇੰਟਮੈਂਟ ਲਵੋ। ਜੇ ਤਾਂ ਤੁਹਾਡਾ ਕੋਈ ਜਾਣਨ ਵਾਲਾ ਹੈ ਵੇ ਤਾਂ ਫਿਰ ਤਾਂ ਬੜੀ ਵਧੀਆ ਗੱਲ ਹੈ। ਅਤੇ ਜੇ ਤਾਂ ਅਪੁਆਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਵੀਰ ਜੀ ਥੱਲੇ ਇੰਸਟਾ ਦੀ ID 'ਚ ਨੇ ਅਪੁਆਇੰਟਮੈਂਟ ਲੈ ਸਕਦੇ ਹੋ। ਜਿਸ ਦਿਨ ਤੁਹਾਡਾ ਐਡਵਾਂਸ ਆਏਗਾ, ਜਿਸ ਦਿਨ ਤੁਹਾਡੀ ਫਾਈਲ ਆਏਗੀ, ਉਸ ਦਿਨ ਤੋਂ ਲੈ ਕੇ 45 ਦਿਨਾਂ ਦੇ ਵਿੱਚ ਤੁਹਾਡਾ ਇੰਟਰਵਿਊ ਕਰਵਾਉਣਾ, ਫਿੰਗਰ ਕਰਵਾਉਣਾ, ਫਾਈਲ ਜਮ੍ਹਾਂ ਕਰਵਾਉਣੀ, ਫਾਈਲ ਦੀ ਵੈਰੀਫਿਕੇਸ਼ਨ ਕਰਵਾਉਣੀ, ਅਤੇ ਉਸ ਤੋਂ ਬਾਅਦ ਪਾਸਪੋਰਟ ਜਮ੍ਹਾਂ ਕਰਵਾ ਕੇ ਅਤੇ ਪਾਸਪੋਰਟ ਲੈ ਕੇ ਦੇਣ ਦੀ ਜ਼ਿੰਮੇਵਾਰੀ ਵੀਰ ਜੀ ਸਾਡੀ ਹੋਵੇਗੀ ਸਾਰੀ ਦੀ ਸਾਰੀ। ਕਿਸੇ ਨੇ ਵੀਰ ਨੇ ਵੀ ਇੰਡੀਆ ਤੋਂ ਪਾਕਿਸਤਾਨ ਤੋਂ ਵਰਕ ਵੀਜ਼ੇ ਦੀ, ਚਾਹੇ ਉਹ ਸੀਜ਼ਨਲ ਹੈ, ਨਾਨ ਸੀਜ਼ਨਲ ਹੈ, 9 ਮਹੀਨਿਆਂ ਵਾਲਾ ਆਵੇ, ਸਾਲ ਵਾਲਾ ਆਵੇ, ਜਾਂ ਫਿਰ ਕਿਸੇ ਵੀ ਹੋਰ ਕੈਟਾਗਰੀ ਦਾ ਵੀਜ਼ਾ ਆਵੇ, ਉਹ ਵੀਰ ਜੀ ਅਪੁਆਇੰਟਮੈਂਟ ਲੈਣਾ ਚਾਹੁੰਦਾ ਅਤੇ ਉਹਨੂੰ ਅਪੁਆਇੰਟਮੈਂਟ ਜਿਹੜੀ ਹੈ ਉਹ ਲੱਭ ਜਾਵੇਗੀ। ਲਾਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਵੀਰ ਜੀ ਨੋਲਾ ਉਸਤਾ ਦੇ ਅਕਾਰਡਿੰਗ। ਨੋਲਾ ਉਸਤਾ ਇਸ ਟਾਈਮ ਲਾਸਟ ਵੀਡੀਓ ਜੇ ਤੁਸੀਂ ਵੇਖੀ ਹੈ, ਜਿਹੜੀ ਕਿ ਮੈਂ 29 ਸਤੰਬਰ ਨੂੰ ਅਪਲੋਡ ਕੀਤੀ ਸੀ, ਉਸ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਇੱਕ ਵੀਰ ਹੈ ਆਪਣਾ ਇੰਡੀਆ ਦਾ, ਜਿਹਦੇ ਏਜੰਟ ਆਲਮੋਸਟ 3.5 ਲੱਖ ਦਾ ਚੂਨਾ ਲਾ ਕੇ ਅਤੇ ਨੱਸ ਗਿਆ। ਹੁਣ ਨਾ ਹੀ ਉਹਦਾ ਨੰਬਰ ਪਿਆ ਮਿਲਦਾ ਅਤੇ ਨਾ ਹੀ ਉਹਦੇ ਨਾਲ ਕੋਈ ਵੀ ਉਹਦਾ ਰਾਬਤਾ ਵੇ। ਉਹਨੇ ਮੈਨੂੰ ਕੋਂਟੈਕਟ ਕੀਤਾ, ਉਹਨੇ ਮੈਨੂੰ ਆਪਣੇ ਪੇਪਰਾਂ ਬਾਰੇ ਦੱਸਿਆ, ਮੈਂ ਕਾਫੀ ਜ਼ਿਆਦਾ ਉਹਦੇ ਨਾਲ ਡਿਟੇਲ ਨਾਲ ਗੱਲ ਕਰਕੇ ਉਹਦੇ ਪੇਪਰ ਚੈੱਕ ਕਰਵਾਏ। ਅਤੇ ਮਿਹਰਬਾਨੀ, ਕੋਈ ਵੀ ਏਜੰਟ ਵੇਖਣ ਡਿਆ ਵੇ ਅਤੇ ਮੈਂ ਉਹਨੂੰ ਜਿਹੜਾ ਨਾ ਉਹ ਕਹਿਣਾ ਚਾਹਾਂਗਾ ਕਿ ਬਹੁਤ ਹੀ ਗਰੀਬ ਲੋਕ ਹੁੰਦੇ ਨੇ ਵੀਰੋ, ਅਤੇ ਹਰ ਇੱਕ ਬੰਦਾ ਕੋਈ ਨਾ ਕੋਈ ਚੀਜ਼ ਆਪਣੀ ਵੇਚ ਕੇ ਜਾਂ ਫਿਰ ਕੋਈ ਨਾ ਕੋਈ ਕਿਸੇ ਪਾਸੋਂ ਦਾਏ ਦਵਾ ਕੇ ਅਤੇ ਆਪਣਾ ਚੁੱਕ ਚੁਕਾ ਕੇ ਅਤੇ ਬਾਹਰ ਜਾਣ ਦੀ ਟਰਾਈ ਕਰਦਾ। ਅਤੇ ਜ਼ਰਾ ਤੁਸੀਂ ਵੀ ਵੇਖ ਤੱਕ ਕੇ ਬੰਦੇ ਨੂੰ ਪੈਸੇ ਦਿਆ ਕਰੋ, ਜਿਹੜੇ ਬੰਦੇ ਨੂੰ ਕੱਲ੍ਹ ਨੂੰ ਤੁਸੀਂ ਫੜ ਸਕੋ, ਪੁੱਛ ਸਕੋ, ਜਿਹਨੂੰ ਜਾਣਦੇ ਹੋ ਤੁਸੀਂ ਉਹਨੂੰ ਪੈਸੇ ਦਿਆ ਕਰੋ, ਉਹਨੂੰ ਪੇਪਰ ਚੈੱਕ ਕਰਵਾਉਣ ਲਈ ਦਿਆ ਕਰੋ। ਹੁਣ ਮੇਰਾ ਜਿਹੜਾ ਕੰਮ ਕਰਨ ਦਾ ਸਿਸਟਮ ਉਹ ਟੋਟਲੀ ਬਾਕੀ ਏਜੰਟਾਂ ਨਾਲੋਂ ਟੋਟਲੀ ਲੈਦਾ। ਅਸੀਂ ਸਿਰਫ ਮਾਮੂਲੀ ਜੀ ਪੇਮੈਂਟ ਲੈਂਦੇ ਹਾਂ ਪਹਿਲਾਂ, ਯਾਨੀ ਕਿ ਤਾਂ ਨਾ ਹੀ ਉਸ ਬੰਦੇ ਨੂੰ ਕੋਈ ਹੋਵੇ ਅਤੇ ਨਾ ਹੀ ਸਾਨੂੰ ਕਿਸੇ ਕਿਸਮ ਦੀ ਟੈਨਸ਼ਨ ਹੋਵੇ। ਗੱਲ ਇਹ ਵੇ ਵੀਰ ਜੀ, ਜਿਹੜੇ ਪਿਛਲੇ ਪੇਪਰ ਅਸੀਂ 2023 ਦੇ ਵਿੱਚ ਭਰੇ ਸਨ ਮਾਰਚ ਦੇ ਮਹੀਨੇ ਦੇ ਵਿੱਚ, ਉੱਥੇ ਕੁਛ ਬੰਦਿਆਂ ਨੇ 3-3, 4-4, 5-5 ਲੱਖ ਰੁਪਈਆ ਵੀ ਲਿਆ ਵੇ ਇੰਡੀਆ ਤੋਂ, ਪਾਕਿਸਤਾਨ ਤੋਂ ਵੀਰਾਂ ਨੇ 10-10 ਲੱਖ ਰੁਪਈਆ ਵੀ ਲਿਆ ਵੇ। ਬਟ ਅਸੀਂ ਵੀਰ ਜੀ
ਜਿਸ ਬੰਦੇ ਦੇ ਵੀ ਪੇਪਰ ਅਪਲਾਈ ਕੀਤੇ ਨੇ, ਅਸੀਂ ਆਲਮੋਸਟ ਆਲਮੋਸਟ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਨਾ ਉਹ ਟੋਟਲੀ ਅਸੀਂ ਕੋਈ 6,000 ਤੋਂ ਉੱਤੇ ਪੇਪਰ ਅਪਲਾਈ ਕੀਤੇ ਨੇ, ਜਿਨ੍ਹਾਂ ਵਿੱਚ ਸਾਲ ਵਾਲੇ ਵੀ ਨੇ, 9 ਮਹੀਨਿਆਂ ਵਾਲੇ ਵੀ ਨੇ, ਸਾਰੇ ਪੇਪਰ ਕੁੱਲ ਮਿਲਾ ਕੇ ਜਿਹੜਾ ਨਾ ਅਸੀਂ 6,000 ਤੋਂ ਉੱਤੇ ਪੇਪਰ ਅਪਲਾਈ ਕੀਤੇ ਨੇ। ਅਤੇ ਵੀਰ ਜੀ ਕੋਈ ਵੀ ਇੱਕ ਬੰਦਾ ਐਸਾ ਨਹੀਂ ਹੈ ਜਿਹਦੇ ਕੋਲ ਅਸੀਂ ਐਡਵਾਂਸ ਨਹੀਂ ਲਿਆ, ਅਤੇ ਐਡਵਾਂਸ ਜਿਹੜਾ ਨਾ ਉਹ ਵੀਰ ਜੀ ਬਿਲਕੁਲ ਥੋੜ੍ਹਾ ਜਿਹਾ ਐਡਵਾਂਸ, ਬਾਕੀ ਪੈਸੇ ਉਦੋਂ ਦੇਣੇ ਨੇ ਜਦੋਂ ਤੁਹਾਡਾ ਬੰਦਾ ਇਟਲੀ ਪਹੁੰਚ ਜੇ, ਉਦੋਂ ਪੈਸੇ ਦੇਣੇ ਨੇ। ਅਤੇ ਅਸੀਂ ਲਾਸਟ ਈਅਰ ਵੀ ਕੰਮ ਤਗੜਾ ਕੀਤਾ ਸੀ, ਐਡਵਾਂਸ ਆਲਮੋਸਟ ਪਿਛਲੇ ਸਾਲ ਦੇ ਤੁਹਾਨੂੰ ਟੋਟਲ ਦੱਸੀਏ, ਕਾਸਟ ਕੂਸਟ ਜਿਹੜਾ ਕਿ ਕੋਈ ਵੀ ਏਜੰਟ ਨਹੀਂ ਦੱਸਦਾ, ਟੋਟਲ ਜਿਹੜੀ ਕਾਸਟ ਆਈ ਹੈ ਨਾ ਵੀਰ ਜੀ ਮੈਂ ਇੰਡੀਅਨ ਰੁਪਈਆਂ ਦੇ ਵਿੱਚ ਦੱਸਣਾ, ਤੁਸੀਂ ਬਾਅਦ 'ਚੋਂ ਆਪਣਾ ਆਪਣਾ ਹਿਸਾਬ ਲਾ ਲਿਓ, ਗੂਗਲ 'ਤੇ ਜਾ ਕੇ ਕਨਵਰਟ ਕਰ ਲਿਓ ਪਾਕਿਸਤਾਨੀ ਜਾਂ ਬੰਗਲਾਦੇਸ਼ ਤੋਂ ਵੀਰ ਕੋ ਵੇਖਣ ਡਿਆ ਹੋਵੇ। ਅਤੇ ਇੰਡੀਆ ਤੋਂ ਵੀਰ ਜੀ ਟੋਟਲ ਫਾਈਲ ਬੰਦਾ ਇੰਡੀਆ ਤੋਂ ਚੁੱਕ ਕੇ ਅਤੇ ਇਟਲੀ ਲਿਆਉਣ ਦੇ ਵਿੱਚ ਜਿਹੜੇ ਟੋਟਲ ਖਰਚਾ ਆਇਆ ਨਾ, ਉਹ ਇਸ ਟਾਈਮ ਫੁੱਲ ਐਂਡ ਫਾਈਨਲ ਜਿਹੜਾ ਖਰਚਾ ਉਹ ਆਲਮੋਸਟ ਆਲਮੋਸਟ 11.5 ਲੱਖ ਰੁਪਏ ਦਾ ਆਉਣ ਡਿਆ ਹੋਵੇ, ਵਰਕ ਵੀਜ਼ੇ ਦੇ ਨਾਲ ਜਿੰਨੇ ਮਹੀਨਿਆਂ ਦਾ ਕੰਮ ਹੋਏਗਾ, ਜਿੰਨੇ ਮਹੀਨਿਆਂ ਦਾ ਵੀਜ਼ਾ ਹੋਏਗਾ ਉਹ ਨਾਲ ਕੰਮ ਵੀ ਕਰਵਾਇਆ ਜਾਏਗਾ ਬੰਦੇ ਨੂੰ, ਪੇਪਰ ਸ਼ੇਪਰ ਜਿਹੜੇ ਨੇ ਉਹ ਪਹਿਲੀ ਵਾਰੀ ਕਲੀਅਰ ਕਰਕੇ ਤਾਂ ਜਾਣਗੇ, ਉਸ ਤੋਂ ਬਾਅਦ ਉਹਦੀ ਆਪਣੀ ਹਿੰਮਤ ਹੈ। 11.5 ਲੱਖ ਰੁਪਈਆ ਪਹਿਲਾਂ ਵੀਰ ਜੀ ਜਿਹੜੇ ਪੈਸੇ ਲਏ ਨੇ ਸਿਰਫ ਔਰ ਸਿਰਫ 60,000 ਰੁਪਈਆ ਲਿਆ ਹੋਵੇ, 60,000 ਦੇ ਵਿੱਚ ਸਾਰੇ ਕੰਮ ਕਰਵਾ ਕੇ ਦੇਈਦੇ ਨੇ, ਪਾਸਪੋਰਟ ਉੱਥੇ ਜਮ੍ਹਾਂ ਕਰਵਾਉਣਾ ਵੇ, ਉਹਦਾ ਨੋਲਾ ਉਸ ਦਾ ਕਢਵਾਉਣਾ ਵੇ, ਦੋਵਾਂ ਦਾ ਤੁਹਾਨੂੰ ਸੈਂਡ ਕਰਨਾ ਵੇ, ਨੋਲਾ ਉਸ ਦੀ ਵੈਰੀਫਿਕੇਸ਼ਨ ਕਰਵਾ ਕੇ ਇੰਡੀਆ DHL ਕਰਵਾਉਣਾ ਵੇ, ਇੰਡੀਆ ਇੱਕ ਬੰਦਾ ਹਾਇਰ ਕਰਕੇ ਜਿਹੜਾ ਇਸਲਾਮ ਆਪਣਾ ਦਿੱਲੀ ਜਲੰਧਰ ਜਾਂ ਚੰਡੀਗੜ੍ਹ ਦੇ ਵਿੱਚ ਤੁਹਾਡੀ ਅਪੁਆਇੰਟਮੈਂਟ ਕਰਵਾਏਗਾ, ਅਪੁਆਇੰਟਮੈਂਟ ਵੀ ਉਹ ਬੰਦਾ ਕਰਵਾਏਗਾ, ਇੰਟਰਵਿਊ ਵੀ ਉਹ ਕਲੀਅਰ ਕਰਵਾਏਗਾ, ਫਿੰਗਰ ਵੀ ਉਹ ਕਰਵਾਏਗਾ, ਇਹ ਸਾਰੇ ਦੇ ਸਾਰੇ ਕੰਮ ਜਿਹੜਾ ਨਾ ਇੱਕ ਕਰਵਾ ਕਰਵੂ ਕੇ, ਫਲਾਈਟ ਟਿਕਟ ਕਰਵਾ ਕੇ, ਬੰਦੇ ਨੂੰ ਇਟਲੀ ਬੁਲਾ ਕੇ, ਕੋਂਟਰੈਕਟ ਉਹਦਾ ਕਨਫਰਮ ਕਰਵਾ ਕੇ, ਅਤੇ ਫਿਰ ਬਾਕੀ ਜਿਹੜੀ ਪੇਮੈਂਟ ਬਚਦੀ ਉਹ ਵੀਰ ਜੀ ਅਸੀਂ ਲੈਂਦੇ ਹਾਂ। ਅਤੇ ਜੇ ਕਿਸੇ ਵੀਰ ਨੇ ਵੀ ਕਰਵਾਉਣਾ ਵੇ ਤਾਂ ਥੱਲੇ ਇੰਸਟਾ ਦੀ IDs ਨੇ, ਉਹਨਾਂ ਨਾਲ ਕੋਂਟੈਕਟ ਕਰ ਸਕਦਾ, ਤੁਹਾਨੂੰ ਪ੍ਰੋਪਰ ਗਾਈਡ ਕਰ ਦਿੱਤਾ ਜਾਏਗਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਮਿਲਦੇ ਹਾਂ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ 'ਚ, ਰੱਬ ਰਾਖਾ।